ਗੱਲ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਕਰਾਂਗੇ। ਸੋ ਜਿੱਥੇ ਸਕੂਲਿੰਗ ਵੀਜ਼ਾ ਦੀ ਗੱਲ ਆਉਂਦੀ ਹੈ ਤਾਂ ਇੱਥੇ ਪੇਰੈਂਟਸ ਨੂੰ ਅਵੇਅਰ ਹੋਣ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਕਿੱਥੇ ਤੁਸੀਂ ਜੈਨੂਇਨ ਕੰਸਲਟੈਂਟ ਕੋਲ ਜਾਓ ਔਰ ਜੈਨੂਇਨ ਵੇ ਕੀ ਹੈ, ਜੈਨੂਇਨ ਪ੍ਰੋਗਰਾਮ ਕੀ ਹੈ, ਉਹ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸੋ ਅੱਜ ਆਪਾਂ ਇੱਕ ਵਾਰ ਫਿਰ ਤੋਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਗੱਲ ਕਰਾਂਗੇ, ਪਰ ਨਾਲ ਦੀ ਨਾਲ ਜ਼ਰੂਰ ਦੱਸਾਂਗੇ ਪੂਰੇ ਪ੍ਰੋਸੈਸ ਬਾਰੇ ਔਰ ਕਿਹੜੀਆਂ ਗੱਲਾਂ ਦਾ ਧਿਆਨ ਰੱਖੋ ਜਦੋਂ ਤੁਸੀਂ ਕਿਤੇ ਅਪਲਾਈ ਕਰਨ ਬਾਰੇ ਸੋਚਦੇ ਹੋ, ਕਿਹੜੀਆਂ ਚੀਜ਼ਾਂ ਜ਼ਰੂਰੀ ਹੋਣੀਆਂ ਚਾਹੀਦੀਆਂ ਤੁਹਾਡੀ ਪ੍ਰੋਫਾਈਲ ਵਿੱਚ, ਤੁਹਾਡੇ ਬੱਚੇ ਦੇ ਪ੍ਰੋਫਾਈਲ ਜਾਂ ਤੁਹਾਡੇ ਪੇਰੈਂਟਸ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਇੱਕ ਇੱਕ ਪੁਆਇੰਟ ਤੁਹਾਨੂੰ ਜ਼ਰੂਰ ਸਮਝਾਵਾਂਗੇ। ਨਾਲ ਹੀ ਜਿਹੜੇ ਰੀਸੈਂਟਲੀ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੇ ਵੀਜ਼ਾ ਲੱਗੇ ਵੀ ਨੇ ਉਹ ਕੁਝ ਪ੍ਰੋਫਾਈਲਸ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਦੇ ਉੱਪਰ ਚੰਗੇ ਢੰਗ ਦੇ ਨਾਲ ਪੋਜ਼ਿਟਿਵ ਰਿਜ਼ਲਟ ਵੀ ਦੇਖੇ ਜਾ ਰਹੇ ਨੇ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤਕਰੀਬਨ 26-27 ਸਾਲਾਂ ਦਾ ਮੈਮ ਦਾ ਐਕਸਪੀਰੀਅੰਸ ਔਰ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੇ ਚੰਗੇ ਤਜ਼ਰਬੇ, ਬਹੁਤ ਸਾਰੇ ਚੰਗੇ ਪ੍ਰੋਗਰਾਮਸ ਔਰ ਬਹੁਤ ਸਾਰੀ ਚੰਗੀ ਪ੍ਰੋਫਾਈਲਸ ਉੱਪਰ ਮੈਮ ਨੇ ਕੰਮ ਕਰਕੇ ਉਹਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ। ਇਸ ਸਭ ਦੇ ਵਿਚਕਾਰ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਵੀ ਗੱਲ ਕਰੀਏ ਤਾਂ ਬਹੁਤ ਚੰਗੇ ਢੰਗ ਨਾਲ ਮੈਮ ਦੀ ਟੀਮ ਵੱਲੋਂ ਕੰਮ ਕੀਤਾ ਜਾਂਦਾ। ਔਰ ਮੈਮ ਸਭ ਤੋਂ ਪਹਿਲਾਂ ਆਸਟ੍ਰੇਲੀਆ ਸਕੂਲਿੰਗ, ਜਦੋਂ ਸਕੂਲਿੰਗ ਵੀਜ਼ਾ ਦੀ ਗੱਲ ਆ ਜਾਂਦੀ ਹੈ ਥੋੜ੍ਹੇ ਡਾਊਟਫੁਲ ਕਈ ਪੇਰੈਂਟਸ ਨਜ਼ਰ ਆਉਂਦੇ ਨੇ, ਕਿਉਂਕਿ ਜਦੋਂ ਮਾਰਕੀਟ ਵਿੱਚ ਇਹੋ ਜਿਹੇ ਪ੍ਰੋਗਰਾਮ ਆਉਂਦੇ ਨੇ ਜੈਨੂਇਨ ਪ੍ਰੋਗਰਾਮ ਤਾਂ ਲੋਕ ਕੰਮ ਕਰਦੇ ਹੀ ਨੇ ਜਿਵੇਂ ਤੁਹਾਡੇ ਵਰਗੇ ਚੰਗੇ ਕੰਸਲਟੈਂਟਸ ਨੇ, ਪਰ ਕੁਝ ਫਰੌਡਸ ਵੀ ਸਾਹਮਣੇ ਆ ਜਾਂਦੇ ਨੇ ਅਤੇ ਇਸ ਕਰਕੇ ਵਿਸ਼ਵਾਸ ਨਹੀਂ ਕੋਈ ਕਰ ਪਾਉਂਦਾ ਕਿ ਸਕੂਲ ਜਾਂਦੇ ਬੱਚੇ ਦਾ ਵੀ ਕੀ ਵੀਜ਼ਾ ਲੱਗ ਸਕਦਾ। ਸੋ ਇੱਥੇ ਜ਼ਰੂਰ ਫਰਕ ਵੀ ਸਮਝਣਾ ਚਾਹਾਂਗੇ ਜੈਨੂਇਨ ਜਿੱਥੇ ਅਪਲਾਈ ਕਰਨ ਸਟੂਡੈਂਟ ਔਰ ਸਹੀ ਪ੍ਰੋਸੈਸ ਕਿਵੇਂ ਅੱਗੇ, ਸਹੀ ਪ੍ਰੋਸੈਸ ਦੇ ਨਾਲ ਕਿਵੇਂ ਅੱਗੇ ਵਧਣ, ਕਿਹੜੀ ਕਲਾਸ ਤੋਂ ਸਟੂਡੈਂਟ ਜੋ ਹੈ ਅਪਲਾਈ ਕਰ ਸਕਦਾ, ਬੱਚੇ ਦੀ ਪ੍ਰੋਫਾਈਲ ਕਿਸ ਤਰ੍ਹਾਂ ਦੀ ਚਾਹੀਦੀ ਹੈ, ਪੇਰੈਂਟਸ ਦੀ ਪ੍ਰੋਫਾਈਲ ਕਿਸ ਤਰ੍ਹਾਂ ਦੀ ਚਾਹੀਦੀ ਹੈ। ਦੇਖੋ ਹਰਜੋਤ, ਇਹ ਇੱਕ ਥੋੜ੍ਹਾ ਜਿਹਾ ਬੜਾ ਸਮਝਣ ਵਾਲਾ ਕੰਮ ਹੈ ਜੀ। ਅਸੀਂ ਜਿਹੜੇ ਆ ਆਸਟ੍ਰੇਲੀਆ ਦੇ ਵਿੱਚ ਵਿਕਟੋਰੀਅਨ ਗੌਰਮੈਂਟ, ਕਿਉਂਕਿ ਮੈਲਬੌਰਨ ਤਾਂ ਸਾਰੇ ਹੀ ਜਾਣਦੇ ਆ, ਮੈਲਬੌਰਨ ਜਿਹੜਾ ਵਿਕਟੋਰੀਆ ਸਟੇਟ ਦੇ ਅੰਡਰ ਆਉਂਦਾ ਹੈ, ਵਿਕਟੋਰੀਅਨ ਗੌਰਮੈਂਟ ਦੀ ਤਰਫ ਤੋਂ ਅਥੋਰਾਈਜ਼ਡ ਕੰਸਲਟੈਂਟ ਆ ਜੀ। ਹੁਣ ਤੁਸੀਂ ਇਹ ਦੇਖੋ ਕਿ ਜਦ ਅਸੀਂ ਸਰਕਾਰ ਦੇ ਨਾਲ ਕੰਮ ਕਰ ਰਹੇ ਹਾਂ ਤਾਂ ਅਸੀਂ ਕਦੇ ਕੋਈ ਚੀਜ਼ ਹੈਂਕੀ ਪੈਂਕੀ ਤਾਂ ਕਰ ਨਹੀਂ ਸਕਦੇ, ਰਾਈਟ। ਇੱਥੇ ਜੈਨੂਇਨ ਪ੍ਰੋਗਰਾਮ ਹੈ ਔਰ ਜੈਨੂਇਨ ਹੀ ਬੱਚੇ ਜਾਣ ਵਾਲੇ ਆ। ਸਾਡੇ ਇੱਥੇ ਪ੍ਰੋਬਲਮ ਕੀ ਹੈ ਕਿ ਪੇਰੈਂਟਸ ਕਹਿੰਦੇ ਸਾਨੂੰ ਵੀ ਭੇਜੋ, ਉਸ ਚੀਜ਼ ਨੂੰ ਮੈਂ ਜ਼ਿਆਦਾ ਡੀਲ ਇਨਕਰੇਜ ਨਹੀਂ ਕਰਦੀ, ਲੇਕਿਨ ਮੈਂ ਜ਼ਰੂਰ ਮਦਰ ਦਾ ਪ੍ਰੋਫਾਈਲ ਨਾਲ ਲਗਾ ਦਿੰਦੀ ਹਾਂ ਜੇ ਜਾਣਾ ਚਾਹੁੰਦੇ ਆ। ਇਸ ਕਰਕੇ ਕਿ ਜੇ ਇਹਨਾਂ ਦਾ ਕੋਈ ਰੈਲੇਟਿਵ ਰਹਿ ਰਿਹਾ ਤਾਂ ਉਹਨਾਂ ਨੂੰ ਆਪਣੀ PCC ਦੇਣੀ ਪੈਂਦੀ ਆ, ਉਹਦੇ ਵਿੱਚ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ। ਜਾਂ ਤਾਂ ਇਹਨਾਂ ਦੇ ਰੈਲੇਟਿਵਸ ਰਹਿ ਰਹੇ ਆ, ਉਹ ਆਪਣੇ ਸਪੋਂਸਰਸ਼ਿਪ ਦੇ ਦੇਣ, ਆਪਣੀ PCC ਦੇ ਦੇਣ, ਅਤੇ ਅਸੀਂ ਜਿਹੜਾ ਬੱਚੇ ਦਾ ਇਕੱਲੇ ਦਾ ਲਾ ਸਕਦੇ ਹਾਂ। ਜੇ ਮਦਰ ਜਾਣ ਦੀ ਚਾਹਵਾਨ ਹੈ ਅਸੀਂ ਉਹਨਾਂ ਦੇ ਨਾਲ ਲਗਾ ਸਕਦੇ ਹਾਂ, ਲੇਕਿਨ ਜਾਣਾ ਤਾਂ ਇੱਕ ਚੀਜ਼ ਹੈ, ਤੁਹਾਨੂੰ ਫੈਮਿਲੀ ਇਨਕਮ ਵੀ ਅੱਛੀ ਸ਼ੋਅ ਕਰਨੀ ਪਏਗੀ ਕਿ ਤੁਸੀਂ ਸਟੂਡੈਂਟ ਨੂੰ ਪੜ੍ਹਨ ਵਾਸਤੇ ਭੇਜ ਰਹੇ ਹੋ, ਤੁਸੀਂ ਅਫੋਰਡ ਕਰ ਸਕਦੇ ਹੋ ਸਟੱਡੀਜ਼, ਤੁਹਾਡੇ ਕੋਲ ਫਾਈਨੈਂਸ਼ੀਅਲ ਡਾਕੂਮੈਂਟਸ ਵੀ ਹੋਣੇ ਚਾਹੀਦੇ ਆ। ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਆ। ਹੁਣ ਜਿਹੜਾ, ਕਿਉਂਕਿ ਅੱਜ ਕੱਲ੍ਹ ਆਸਟ੍ਰੇਲੀਆ ਥੋੜ੍ਹਾ ਟਾਈਟ ਹੋਇਆ ਹੋਇਆ ਵੀਜ਼ੇ 'ਚ, ਜਿਹੜੇ ਮੇਨ ਜਿਹੜੇ ਯੂਨੀਵਰਸਿਟੀ ਲੈਵਲ 'ਤੇ, ਅਤੇ ਇਹ ਵੀਜ਼ਾ ਸੌਖਾ ਨਿਕਲ ਰਿਹਾ ਤੁਹਾਡਾ ਸਕੂਲ ਵਾਲਾ, ਅਤੇ ਪੇਰੈਂਟਸ ਇਹਦੇ ਵਿੱਚ ਜ਼ਰੂਰ ਇੰਟਰਸਟ ਲੈ ਸਕਦੇ ਆ। ਮੈਂ ਕਹਿੰਦੀ ਹਾਂ ਜੇ ਬੱਚਾ ਜੇ 10th ਵਿੱਚ ਹੈ ਤਾਂ ਇਹ ਸਭ ਤੋਂ ਵਧੀਆ ਟਾਈਮ ਹੈ, ਬੱਚਾ 10th ਵਿੱਚ ਚਲਿਆ ਗਿਆ, 10th, 11th, 12th ਉੱਤੇ ਕੀਤੀ, ਯੂਨੀਵਰਸਿਟੀ 'ਚ ਐਡਮਿਸ਼ਨ ਮਿਲ ਗਿਆ, ਨੈਚੁਰਲ ਜਦ ਸਟੂਡੈਂਟ ਉੱਥੇ ਪੜ੍ਹ ਰਿਹਾ, ਜਿੰਨੀ ਕੁ ਸਕੋਲਰਸ਼ਿਪ ਜੇ ਅੱਛਾ ਪੜ੍ਹਦਾ ਲੈ ਲਏਗਾ, ਉਹ ਇਸ ਤੋਂ ਬਹੁਤ ਜ਼ਿਆਦਾ ਸਟੂਡੈਂਟ ਨੂੰ, ਕਿਉਂਕਿ ਲੋਕਲ ਪੜ੍ਹਿਆ ਤਾਂ ਉਹਨੂੰ ਸਕੋਲਰਸ਼ਿਪ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ, ਔਰ ਵੀਜ਼ੇ ਦੀ ਕੋਈ ਪ੍ਰੋਬਲਮ ਹੀ ਨਹੀਂ ਹੈ ਕਿਉਂਕਿ ਉੱਥੇ ਅਨਸ਼ੋਰ ਹੈ। ਹੁਣ 7th ਦੇ ਬੱਚੇ ਦਾ ਜਿੱਦਾਂ ਕਰਾਇਆ ਤਾਂ ਉਹਨੂੰ 5 ਸਾਲ ਦਾ ਵੀਜ਼ਾ ਦਿੱਤਾ, +2 ਤੱਕ ਦਾ ਵੀਜ਼ਾ ਦਿੱਤਾ ਇਹਨਾਂ ਨੇ, ਇਸੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਹੈ ਆਫਰ ਲੈਟਰ ਆਉਂਦੀ ਹੈ, ਔਰ ਜਦ ਬੱਚਾ ਫੀਸ ਭਰਦਾ ਉਹਦੀ ਜਿਹੜੀ COE ਆਉਂਦੀ ਹੈ ਉਹ ਉਸੇ ਹਿਸਾਬ ਨਾਲ ਆਉਂਦੀ ਹੈ, ਉਨਾ ਕੁ ਹੀ ਲੰਬਾ ਇਹਨਾਂ ਨੂੰ ਵੀਜ਼ਾ ਮਿਲਦਾ। ਹੁਣ ਜੇ ਆਪਾਂ ਗੱਲ ਕਰੀਏ ਇਨਕਮ ਦੀ, ਇਨਕਮ ਇੱਕ ਜਸਟੀਫਾਈ ਹੋਣਾ ਚਾਹੀਦਾ ਕਿ ਇੰਨੀ ਕੁ ਇਨਕਮ ਹੈ ਸਾਡੀ ਕਿ ਅਸੀਂ ਅਫੋਰਡ ਕਰ ਸਕਦੇ ਹਾਂ, ਔਰ ਸਾਡੇ ਕੋਲ ਫਾਈਨੈਂਸ਼ੀਅਲ ਦਿਖਾਉਣੇ ਤਾਂ 1 ਸਾਲ ਦੇ ਹੀ ਹੈ ਕੋਈ ਵੀ ਕੰਟਰੀ ਦੇ ਵਿੱਚ, ਜੇ ਆਪਾਂ 1 ਸਾਲ ਦੇ ਦਿਖਾ ਰਹੇ ਹਾਂ ਤਾਂ 1 ਸਾਲ ਦੇ ਫੰਡਸ ਇਹਨਾਂ ਦੇ ਕੋਲ ਥੋੜ੍ਹੇ ਪੁਰਾਣੇ ਹੋਣੇ ਚਾਹੀਦੇ ਆ, ਔਰ ਇਨਕਮ ਇੱਕ ਪ੍ਰੋਪਰ ਹੋਣੀ ਚਾਹੀਦੀ ਹੈ। 5-5 ਲੱਖ ਦੀ ਇਨਕਮ ਤਾਂ ਪੇਰੈਂਟਸ ਕਰਦੇ ਹੀ ਹੈ, ਜੇ ਥੋੜ੍ਹੀ ਜ਼ਿਆਦਾ ਹੋਏ ਤਾਂ ਹੋਰ ਅੱਛਾ ਹੋ ਜਾਂਦਾ ਹੈ।
जी बिल्कुल सही है मैम। सो इतने अगो पेरेंट्स के सवाल कई बार ये भी रहते हैं कि सैशन विच किवें अप्लाई किया जाता है, क्योंकि जिमें साडा इतों का स्टडी का पूरा सर्कल चलता है, एक सैशन पूरा कंप्लीट होंगे उस तो बाद कदों पहला तो ही अप्लाई करना पेगा ताकि फाइलिंग डॉक्यूमेंट्स लिए तैयारी कर सकें। देखो जैन लास्ट है जी, इस टाइम जे जैन लास्ट नहीं होया हूँ तो थोड़ा टाइम बहुत समा घट रह गया और बच्चे भी पढ़ रहे हैं, तो जेडे स्टूडेंट जानते चाहवान है उन्होंने पेरेंट्स ये है कि उन्होंने के भेजना है, तो मार्च में सारे बच्चों के एग्जाम हो जाते हैं। सपोज बच्चा नाइन्थ में पढ़ रहा है या एट्थ में पढ़ रहा है, तो इस टाइम क्लास कंटिन्यू चल रही है, तुसी उदा एडमिशन जेड़ा जुलाई वास्ते हूँ ही करा लो जिसका कि बच्चे का टाइम वेस्ट ना होए। इन द मेन टाइम मार्च में वो एग्जाम खत्म हो जाएंगे तो तुहाडा समा बचता, जेड़ा इत्थे 7-8 महीने लग चुके वह भी बच गए, तो उधर का भी टाइम तुहाडा खराब नहीं होएगा। एडमिशन दे टाइम सानू चाहिए पासपोर्ट की कापी, और जो बच्चा इंग्लिश मीडियम स्कूल च पढ़ रहा तो सानू एक लैटर चाहिए कि स्टूडेंट जेड़ा इंग्लिश मीडियम स्कूल च पढ़िया होया है, और 3 ईयर्स की मार्कशीट चाहिए। ये साड़ी मेन रिक्वायरमेंट बिसाइड फाइनेंशियल डॉक्यूमेंट्स। जी बिल्कुल ठीक है मैम। सो मैं जरूर चाहूँगी कि तुहाडे कोल तां जिवें बहुत सारी प्रोफाइल्स उपर तुसी वीज़ा भी लिया आस्ट्रेलिया का स्कूलिंग वीज़ा की, जब आप गल करते हैं रीसेंट जिन्हों उपर वीज़ा लग के आए हूँ, मैं जरूर चाहूँगी थोड़ी प्रोफाइल्स आप जरूर डिस्कस करिए ताकि वीडियोज़ जिहड़े भी सारे वेख रहे चाहे आप पेरेंट्स की गल करते हैं वो समझ सकन चीज़ों कि किस तरह की प्रोफाइल सी, किवें तुहाडी टीम वालों काम किया गया और वीज़ा आया। देखो प्रोफाइल सही है, इनकम 10 to 15 lakh पेरेंट्स ने शो की जी, हम दोनों पेरेंट्स की मनी है तो इन्नी क इनकम तो होंगी होंगी हर घर च होंगी है, है ना। फंडिंग उन्होंने को 6 month होल्ड पई सी, 3 months होल्ड की सानू लोड़ होंगी है, है ना। हुण किसी ने सेविंग की हुई है 25 to 30 lakh की सेविंग पई है या 20-25 lakh की सेविंग पई है, जिदे को जिन्ना सी उन्होंने सानू देता है वी पुट अप द डॉक्यूमेंट्स, ठीक है। वैसे जिहड़ी साडी रिक्वायरमेंट है वो 20 lakh की रिक्वायरमेंट होंगी है, 3 months ओल्ड हो तो बहुत अच्छा है। क्योंकि स्कूलिंग वीज़ा के इदा के कोई रिस्ट्रिक्शन नहीं है, पर स्टूडेंट का असं देखते हैं कि जो कोई भी होए तो फाइनेंशियल डॉक्यूमेंटेशन तो वैसे रिक्वायरमेंट वही है, उन्होंने कोई अलग कैटागरी उन्होंने पाया नहीं है। हम वैसे जोड़े ऑफिसर काम करने वाले वो सेम ही ऑफिसर है तो उसी हिसाब नू ट्रीट करते हैं फाइल न, तो साढ़े को 3 months ओल्ड फंड हो और नहीं है 3 months ओल्ड तो क्योंकि हजे तुसी ऑफर लैटर मंगवा के रख रहे हो इन्नी देर तुसी फंडिंग जड़ी अपनी पुरानी कर लो, बिना तो ऑफर लैटर आंदे और GT जिदा इनकम टैक्स रिटर्न सॉरी तैयार करन च तुहानू लग ही जांदा नैक्सट इनटेक का जब तक, क्योंकि फैब इनटेक वास्ते जब तुहाडे कोल रेडी है फिर तो सारा कुछ दे दो, जे नहीं रेडी है फिर तुहाडे कोल जिहड़ा जुलाई इनटेक होगा। जी ठीक है मैम। सो जो मैं शुरुआत में गल की थी कि जो भी कोई इस तरह के प्रोग्राम्स होंगे ने तुहाडे वर्गे चंगे कंसल्टेंट जड़े है स्टूडेंट्स नूं सही दिशा जरूर दिखाते हैं, पेरेंट्स नूं सही रस्ता जरूर दिखाते हैं, पर नाल दी नाल कुछ फ्रॉड करन वाले भी सामने आ जाते हैं। सो कई चीज़ा सुनने में आदि है जो स्कूलिंग वीज़ा के नाँ पर भी फ्रॉड हो जाता है, सो इतने तुम कि पॉइंट्स से अवेयर होने लिए पेरेंट्स नूं भी कहोगे ताकि उन्होंने। सब तो वड्डी गल तो मैं प्रोग्राम के शुरू से कहा कि असी गवर्नमेंट की तरफ तो रजिस्टर्ड हाँ, वह भी आस्ट्रेलियन गवर्नमेंट विक्टोरियन स्कूल्स तो जी, असी सरकारी स्कूलों तो विक्टोरिया के जिन्हें भी टोटल जिन्ने स्कूल है विक्टोरिया के उन्होंने तरफ तो असी अथोराइज्ड हाँ, जो और डायरैक्ट इनकुआरी पाएंगे वो साढ़े को ही आएगी जी, जी। तो सब तो पहले तो गल है कि असी जिहड़ा उन्होंने तरफ तो रिप्रेजेंटेशन कर रहे हैं, हूँ ये तो कि 26 साल का मेरा एक्सपीरियंस है, सारे मेरी सर्टिफिकेशन हुई हुई है, कोई जिदा एरिए साड़ी एक एसोसीएशन होंगी है ठीक है, वो बाद साड़ा एग्जाम होंगे ठीक है, वो भी साड़ी सारी सर्टिफिकेशन है, कंपनी इन्नी पुरानी है। हुण तुसी देखो इन्ने बाबियां च केड़ा सही बाबा लभना तो तुहानू ही बंदा है ना, वो असी नहीं कह सकते कि किदी ऐड लगी की होया, साड़ी बहुत पुरानी कंपनी है और इन्ने पुराने असी बैठे हुए हैं और काफ़ी सालों तो स्कूलिंग वीज़ा भी मैं तुसी देखो बहुत प्रमोट कभी भी नहीं किया होगा, जब जिस टाइम लगने शुरू होंगे थोड़ी असी ऐड दे दें क्योंकि लोगों को पता चल जाए, जिस टाइम घट होंगे उस टाइम असी ऐड घट कर दें। बिल्कुल बिल्कुल सही है। सो तुसी और साढ़े को क्योंकि उधर आस्ट्रेलिया तो इन्नी इनकुआरी आ जाती कि साढ़े को शायद इन्ना टाइम भी नहीं होंगे बाकी करने का।
ਬਿਲਕੁਲ ਸੋ ਤੁਸੀਂ ਮੈਮ ਦੀ ਜ਼ੁਬਾਨੀ ਹੀ ਸੁਣਿਆ ਹੈ ਕਿ ਬਿਲਕੁਲ ਉੱਥੋਂ ਸਰਕਾਰ ਵੱਲੋਂ ਹੀ ਇਹਨਾਂ ਨੂੰ ਇਹ ਕੰਮ ਕਰਨ ਦੀ ਜੋ ਹੈ ਸਰਟੀਫਿਕੇਸ਼ਨ ਮਿਲੀ ਹੋਈ ਹੈ ਸੋ ਬਿਲਕੁਲ ਭਰੋਸੇ ਦੇ ਨਾਲ ਪੇਰੈਂਟਸ ਜੋ ਹੈ ਆ ਸਕਦੇ ਨੇ ਆਪਣੇ ਬੱਚਿਆਂ ਦੇ ਬੈਟਰ ਫਿਊਚਰ ਦੇ ਲਈ ਆਸਟ੍ਰੇਲੀਆ ਅੱਜ ਦੇ ਟਾਈਮ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਕਿੰਨਾ ਜ਼ਿਆਦਾ ਡਿਮਾਂਡ ਦੇ ਵਿੱਚ ਹੈ ਕਿਉਂਕਿ ਇੱਕ ਬੈਟਰ ਲਾਈਫ ਦਿੰਦਾ ਹੈ ਆਸਟ੍ਰੇਲੀਆ ਇੱਕ ਚੰਗੀ ਸਟੱਡੀ ਵੀ ਦਿੰਦਾ ਬੈਟਰ ਲਾਈਫ ਵੀ ਦਿੰਦਾ ਸੋ ਅੱਜ ਤੋਂ ਹੀ ਸਟੂਡੈਂਟਸ ਦੇ ਲਈ ਯਾਨੀ ਉਹਨਾਂ ਦੇ ਪੇਰੈਂਟਸ ਜਿਹੜੇ ਅੱਜ ਤੋਂ ਹੀ ਉਹਨਾਂ ਦੇ ਫਿਊਚਰ ਦੀ ਬੈਟਰਮੈਂਟ ਲਈ ਸਹੀ ਡਿਸੀਜਨ ਲੈ ਸਕਦੇ ਨੇ ਇਹਨਾਂ ਚੰਗੀਆਂ ਆਪਸ਼ਨਸ ਦੇ ਨਾਲ ਸੋ ਜਿਹੜੇ ਵੀ ਇੰਟਰਸਟਿਡ ਪੇਰੈਂਟਸ ਨੇ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਬਾਰੇ ਜਾਣਨਾ ਚਾਹੁੰਦੇ ਨੇ ਉਹ ਡਿਟੇਲ ਵਿੱਚ ਆਪਣੇ ਬੱਚੇ ਨੂੰ ਲੈ ਕੇ ਤੁਸੀਂ ਕਾਫੀ ਕੁਝ ਨਵਾਂ ਸੋਚਿਆ ਹੋਇਆ ਜਾਂ ਸੋਚਣਾ ਚਾਹੁੰਦੇ ਹੋ ਤਾਂ ਜ਼ਰੂਰ ਇਸ ਨੰਬਰ ਦੇ ਉੱਪਰ ਕਾਲ ਕਰਕੇ ਨੈਵੀਗੇਟਰਸ ਓਵਰਸੀਜ਼ ਤੋਂ ਪੂਰੀ ਜਾਣਕਾਰੀ ਦੇ ਨਾਲ ਤੁਸੀਂ ਅੱਗੇ ਵੱਧ ਸਕਦੇ ਹੋ ਸਮਾਂ ਘੱਟ ਰਹਿ ਗਿਆ ਜਿਵੇਂ ਕਿ ਮੈਮ ਨੇ ਕਿਹਾ ਕਿ ਜਨਵਰੀ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਜਲਦੀ ਡਿਸੀਜਨ ਲੈਣ ਲਈ ਅਗਰ ਤੁਸੀਂ ਮੈਮ ਨੂੰ ਮਿਲਣਾ ਵੀ ਚਾਹੋ ਤਾਂ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵੀ ਵਿਜ਼ਿਟ ਤੁਸੀਂ ਕਰ ਸਕਦੇ ਹੋ ਹੋਰ ਸਵਾਲ ਹੋਣ ਤੁਹਾਡੇ ਕਮੈਂਟ ਸੈਕਸ਼ਨ ਵਿੱਚ ਵੀ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਬਹੁਤ ਬਹੁਤ ਥੈਂਕਸ ਮੈਮ ਤੁਸੀਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਸੀਂ ਬਹੁਤ ਵਧੀਆ ਢੰਗ ਨਾਲ ਸਾਰਿਆਂ ਨੂੰ ਗਾਈਡ ਕੀਤਾ ਹੈ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਵੀ ਸੋ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਉਹਨਾਂ ਦੇ ਪੇਰੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ